ਲੁਧਿਆਣਾ ਪੁਲਿਸ ਨੇ ਬੱਚਾ ਅਗਵਾ ਕਰਨ ਦੇ ਦੋਸ਼ ਵਿੱਚ ਇੱਕ ਪਤੀ ਪਤਨੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਏ। ਦੋਸ਼ੀਆਂ ਦੀ ਪਹਿਚਾਣ ਉਪਿੰਦਰ ਯਾਦਵ ਅਤੇ ਮੰਜੂ ਦੇਵੀ ਵਾਸੀ ਬਿਹਾਰ ਦੇ ਰੂਪ ਵਿੱਚ ਹੋਈ ਏ। ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ DCP ਇਨਵੈਸਟੀਗੇਸ਼ਨ ਲੁਧਿਆਣਾ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਪਤੀ ਪਤਨੀ ਹਨ। ਇਨ੍ਹਾਂ ਦੇ ਵਿਆਹ ਨੂੰ ਤਕਰੀਬਨ 12 ਸਾਲ ਹੋ ਗਏ ਪਰ ਕੋਈ ਬੱਚਾ ਨਹੀਂ ਹੋਇਆ, ਜਿਸ ਕਾਰਨ ਇਨ੍ਹਾਂ ਨੇ ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ, ਜਿਸ ਦੇ ਲਈ ਉਨ੍ਹਾਂ ਨੇ ਇੱਕ ਕਮਰਾ ਵੀ ਕਿਰਾਏ ਤੇ ਲਿਆ ਅਤੇ ਉੱਥੋਂ ਦੇ ਨੇੜਲੇ ਘਰ ਵਿੱਚੋਂ 1.5 ਮਹੀਨੇ ਦਾ ਬੱਚਾ ਅਗਵਾ ਕਰਕੇ ਫਰਾਰ ਹੋ ਗਏ। ਪੁਲਿਸ ਨੇ 15 ਦਿਨਾਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਕੇ ਬੱਚਾ ਮਾਂ ਬਾਪ ਦੇ ਹਵਾਲੇ ਕਰ ਦਿੱਤਾ ਹੈ। 29 ਤਰੀਕ ਨੂੰ ਫੋਕਲ ਪੁਆਇੰਟ ਦੇ ਏਰੀਏ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਅੰਡਰ ਸੈਕਸ਼ਨ 365 ਦਾ, FIR ਨੰਬਰ 456, ਜਿਹਦੇ ਵਿੱਚ ਇੱਕ ਪੌਣੇ ਦੋ ਮਹੀਨੇ ਦਾ ਬੱਚਾ ਜਿਹੜਾ ਸੰਦੀਪ ਨਾਂ ਦਾ ਸੀ ਅਗਵਾ ਹੋ ਗਿਆ ਸੀ। ਅਤੇ ਇਹ ਉਸ ਤੋਂ ਬਾਅਦ ਇੱਕ ਸਪੈਸ਼ਲ ਸਾਡੇ CP ਸਾਹਿਬ ਵੱਲੋਂ ਟੀਮ ਬਣੀ, ਜਿਹਦੀ ADCP ਕ੍ਰਾਈਮ ਰਤਨ ਬਰਾੜ ਜੀ, ACP ਕ੍ਰਾਈਮ ਸੁਰਿੰਦਰ ਮੋਹਨ ਜੀ, ਇੰਚਾਰਜ CIA 1 ਹਰਪਾਲ ਸਿੰਘ ਅਤੇ SHO ਫੋਕਲ ਪੁਆਇੰਟ ਅਮਨ ਬਰਾੜ ਦੀ ਇਹਨਾਂ ਦੀ ਟੀਮ ਬਣਾਈ ਗਈ। ਅਤੇ 14 ਦਿਨ ਇਹਨਾਂ ਨੇ ਲਗਾਤਾਰ ਬਹੁਤ ਮਿਹਨਤ ਕੀਤੀ ਇਸ ਕੇਸ ਦੇ ਵਿੱਚ। ਅਤੇ ਇਹਦੇ ਵਿੱਚ ਅਸੀਂ ਉਪਿੰਦਰ ਯਾਦਵ ਅਤੇ ਉਹਦੀ ਵਾਈਫ ਮੰਜੂ ਨੂੰ ਅਰੈਸਟ ਕੀਤਾ, ਜਿਹੜੇ ਕਿ ਬਿਹਾਰ ਦੇ ਰਹਿਣ ਵਾਲੇ ਸੀਗੇ। ਉਪਿੰਦਰ ਯਾਦਵ ਲੁਧਿਆਣੇ 'ਚ 22 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਇਹਦਾ ਵਿਆਹ ਜਿਹੜਾ ਹੋਇਆ ਮੰਜੂ ਨਾਲ ਉਹ 12 ਸਾਲ ਤੋਂ ਹੋਇਆ। ਇਹ ਆਪਣੇ ਬੱਚੇ ਤੋਂ ਪਰੇਸ਼ਾਨ ਸੀਗੇ, ਫਿਰ ਇਹਨਾਂ ਨੇ ਰੈਕੀ ਕੀਤੀ ਢੰਡਾਰੀ ਦੇ ਏਰੀਏ ਦੇ ਵਿੱਚ। ਉੱਥੇ ਜਾ ਕੇ ਜਿਹੜੀ ਪੂਨਮ ਸੀ ਉਹਨੂੰ ਲੱਗਿਆ ਵੀ ਸੌਫਟ ਟਾਰਗੇਟ, ਉਹਨੂੰ ਦੱਸਿਆ ਵੀ ਅਸੀਂ ਸਾਹਨੇਵਾਲ ਦੇ ਰਹਿਣ ਵਾਲੇ ਹਾਂ ਅਤੇ ਸਾਨੂੰ ਵੀ ਇਸ ਏਰੀਏ ਦੇ ਵਿੱਚ ਮਕਾਨ ਚਾਹੀਦਾ ਅਤੇ ਉਹਨੂੰ 500 ਰੁਪਏ ਐਡਵਾਂਸ ਵੀ ਦਿੱਤਾ ਸੀ। ਇਸ ਦੌਰਾਨ ਉਹਨਾਂ ਦੀ ਆਪਸ 'ਚ ਥੋੜ੍ਹੀ ਜਿਹੀ ਜਾਣ ਪਛਾਣ ਜੀ ਹੋ ਗਈ। ਇਹਨੂੰ ਮੌਕੇ ਮਿਲਦੇ ਸਾਰ ਹੀ ਇਹ ਉਹਦਾ ਬੱਚੇ ਨੂੰ ਲੈ ਕੇ ਅਗਵਾ ਹੋ ਗਈ ਸੀ। ਸਾਨੂੰ ਫੁਟੇਜ ਮਿਲ ਗਈ ਸੀ ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਬੱਚੇ ਨੂੰ ਵੀ ਸਹੀ ਸਲਾਮਤ ਰਿਕਵਰ ਕਰਕੇ ਅੱਜ ਇਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ। ਨਹੀਂ, ਜਹਾਂ ਇਹ ਪਹਿਲੇ ਰਹਿ ਰਹੇ ਥੇ ਉਹ ਰੈਂਟ ਨਹੀਂ ਥਾ, ਜੋ ਇਸੇ ਜੁਗੀ ਟਾਈਪ ਬਣਾ ਕੇ ਹੀ ਰਹਿ ਰਹੇ ਥੇ ਜਹਾਂ ਪਹਿਲੇ। ਯਹਾਂ ਉਨਕੋ ਢੂੰਡ ਰਹੇ ਥੇ ਰੈਂਟ ਕੇ ਲੀਏ, ਜੋ ਜਹਾਂ ਉਪਿੰਦਰ ਰਹਿ ਰਹਾ ਥਾ ਵਹਾਂ ਪੇ ਕਿਸੀ ਕੀ ਵੋ ਪ੍ਰੋਪਰਟੀ ਨਹੀਂ ਹੈ, ਜੈਸੇ ਬਣਾ ਕੇ ਜੁਗੀ ਉਹਦੇ ਤਰਪਾਲ ਡਾਲ ਕੇ ਜਿਸੇ ਬਣਾਤੇ ਵੈਸੇ ਰਹਿ ਰਹੇ ਥੇ। ਕਿਆ ਇਹਨਾਂ ਨੂੰ ਮੌਕੇ ਤੋਂ ਅਸੀਂ ਫੜਿਆ ਆਪਣਾ ਸ਼ਿਮਲਾ ਸਲੀਮ ਟਾਵਰੀ ਦੇ ਏਰੀਏ ਚੋਂ। ਨਹੀਂ ਨਹੀਂ, ਠੀਕ ਅਗਵਾ ਕਰਨੇ ਕਾ ਇਹ ਰੀਜ਼ਨ ਥਾ ਜੋ ਮੰਜੂ ਥੀ ਉਸਕੇ ਬੱਚਾ ਨਹੀਂ ਹੋ ਰਹਾ ਥਾ, ਤੋ ਇਹਨਾਂ ਨੇ ਫਿਰ ਇਹ ਪਲਾਨ ਕੀਆ। ਕਾਫੀ ਦੇਰ ਤੇ ਇਧਰ ਉਧਰ ਡਾਕਟਰ ਕੋ ਦਿਖਾਤੇ ਰਹੇ, ਫਿਰ ਇਨਕੋ ਇਹ ਪਲਾਨ ਕੀਆ ਵੀ ਹਮ ਇਹ ਕੋਈ ਬੱਚਾ ਅਗਵਾ ਕਰ ਲੇਂਗੇ, ਤੋ ਇਹੀ ਇਨਕਾ ਰੀਜ਼ਨ ਥਾ। ਬੱਚਾ 29 ਕੋ ਇਹ ਪਰਚਾ ਦਰਜ ਹੁਆ ਥਾ, ਤੋ 15 ਦਿਨ ਬਾਅਦ ਰਿਕਵਰ ਹੋ ਗਿਆ। ਨਹੀਂ 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 ਨਹੀਂ।